ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਦੀ ਸ਼ੁਰੂਆਤ ਜਿਵੇਂ ਮੈਂ ਤੁਹਾਨੂੰ ਹਰ ਵੀਕ ਇੱਕ ਨਵਾਂ ਬਿਜ਼ਨਸ ਦਿਖਾਉਣਾ ਉਸ ਬਿਜ਼ਨਸ ਬਾਰੇ ਜਾਣਕਾਰੀ ਦੇਣਾ ਔਰ ਅੱਜ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਦੇ ਵਿੱਚ ਮੈਂ ਜਿਸ ਔਰਗਨਾਈਜੇਸ਼ਨ ਦੇ ਨਾਲ ਤੁਹਾਨੂੰ ਤਾਰੁਫ ਕਰਾਊਂਗਾ ਜਿਸ ਔਰਗਨਾਈਜੇਸ਼ਨ ਦੇ ਨਾਲ ਤੁਹਾਡਾ ਰਾਬਤਾ ਕਰਾਵਾਂਗਾ ਉਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਈਸਟ ਕੋਸਟ ਦੇ ਵਿੱਚ ਔਰ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਏਮ ਹੈ ਦੇ ਵਾਂਟ ਟੂ ਗੋ ਫਰੋਮ ਈਸਟ ਕੋਸਟ ਟੂ ਵੈਸਟ ਕੋਸਟ ਔਰ ਉਹ ਬਿਜ਼ਨਸ ਜਿਹੜਾ ਹੈਗਾ ਜਿਸ ਬਿਜ਼ਨਸ ਨੂੰ ਅਸੀਂ ਲਗਾਤਾਰ ਕਹਿ ਰਹੇ ਕਿ ਇਹ ਸਾਡੇ ਲਈ ਸਭ ਤੋਂ ਜ਼ਰੂਰੀ ਹੈਗਾ ਔਰ ਜਦੋਂ ਅਸੀਂ ਹੈਲਥ ਪ੍ਰੋਫੈਸ਼ਨਲਸ ਦੀ ਗੱਲ ਕਰਦੇ ਹਾਂ ਉਹ ਇੱਕ ਤਰੀਕੇ ਦੇ ਏਂਜਲ ਬਣ ਕੇ ਸਾਡੇ ਲਈ ਇਸ ਕੋਵਿਡ ਦੇ ਟਾਈਮ 'ਤੇ ਨਿਕਲ ਕੇ ਸਾਹਮਣੇ ਆਏ ਔਰ ਇਹਨਾਂ ਏਂਜਲਸ ਨੇ ਸਾਡਾ ਧਿਆਨ ਵੀ ਰੱਖਿਆ ਭਾਵੇਂ ਉਹ ਹੋਸਪਿਟਲ ਹੋਣ ਭਾਵੇਂ ਉਹ ਸਾਡੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਸਾਡਾ ਧਿਆਨ ਰੱਖਿਆ ਅਤੇ ਉਹਨਾਂ ਏਂਜਲਸ ਨਾਲ ਰਾਬਤਾ ਕਰਨਾ ਉਸ ਔਰਗਨਾਈਜੇਸ਼ਨ ਨੂੰ ਜਾਣਨਾ ਅੱਜ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੀ ਸਾਡੀ ਟੀਮ ਪਹੁੰਚੀ ਹੈ ਜੀ ਹੋਮ ਵਾਚ ਕੇਅਰ ਗਿਵਰਸ ਜਿਹੜੀ ਇਹ ਔਰਗਨਾਈਜੇਸ਼ਨ ਹੈ ਇਹ ਕੰਮ ਕੀ ਕਰਦੀ ਹੈ ਔਰ ਕਿਸ ਤਰੀਕੇ ਦਾ ਇਹ ਸੁਨੇਹਾ ਸਾਡੇ ਦਿਲਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਪਹੁੰਚਾਉਣ ਦੇ ਵਿੱਚ ਵਚਨਬੰਦ ਹੋ ਰਹੀ ਹੈ ਇਸ ਔਰਗਨਾਈਜੇਸ਼ਨ ਨੇ ਆਪਣੀ ਸ਼ੁਰੂਆਤ ਰਿਚਮੰਡ ਹਿੱਲ ਤੋਂ ਕਰਕੇ ਕੁਈਨਸ ਤੋਂ ਕਰਕੇ ਲੌਂਗ ਆਈਲੈਂਡ ਦੇ ਵਿੱਚ ਨਿਊਯਾਰਕ ਦੇ ਵਿੱਚ ਹਰ ਘਰ ਦੇ ਵਿੱਚ ਹਰ ਮਨਾਂ ਦੇ ਵਿੱਚ ਇੱਕ ਜਗ੍ਹਾ ਬਣਾਈ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਫੈਮਿਲੀ ਮੈਂਬਰ ਜਾਂ ਫਿਰ ਕੋਈ ਵੀ ਤੁਹਾਡੀ ਟੇਕ ਕੇਅਰ ਨਹੀਂ ਕਰ ਸਕਦਾ ਕਿਉਂਕਿ ਜਿਸ ਧਰਤੀ ਦੇ ਉੱਤੇ ਅਸੀਂ ਰਹਿੰਦੇ ਹਾਂ ਇੱਥੇ ਸਮਾਂ ਘੱਟ ਹੀ ਮਿਲਦਾ ਔਰ ਤੁਹਾਨੂੰ ਲੱਗਦਾ ਕਿ ਕਾਸ਼ ਮੇਰਾ ਕੋਈ ਮਿੱਤਰ ਜਾਂ ਫਿਰ ਮੇਰੀ ਮਾਵਾਂ ਵਰਗੀਆਂ ਠੰਡੀਆਂ ਛਾਵਾਂ ਮੇਰੇ ਨਾਲ ਹੁੰਦੀ ਤਾਂ ਅੱਜ ਮੈਨੂੰ ਹੋਰ ਵਧੀਆ ਲੱਗਦਾ ਅਤੇ ਮਾਵਾਂ ਵਰਗੀਆਂ ਠੰਡੀਆਂ ਛਾਵਾਂ ਇਹ ਜਿਹੜੀ ਔਰਗਨਾਈਜੇਸ਼ਨ ਹੈ ਇਹ ਤੁਹਾਨੂੰ ਦੇਣ ਦੇ ਵਿੱਚ ਵਚਨਬੰਦ ਹੋ ਰਹੀ ਹੈ ਉਹ ਸੇਵਾ ਉਹ ਅਹਿਸਾਸ ਉਹ ਕਿਰਦਾਰ ਇਹਨਾਂ ਦੀ ਟੀਮ ਦੇ ਵਿੱਚ ਵੇਖਣ ਨੂੰ ਮਿਲਦਾ ਔਰ ਲੱਗਦਾ ਕਿ ਕੋਈ ਆਪਣਾ ਆ ਗਿਆ ਕਿਉਂਕਿ ਅਸੀਂ ਕਹਿੰਦੇ ਹਾਂ ਆਪਣੇ ਤਾਂ ਆਪਣੇ ਹੁੰਦੇ ਹਨ ਇਹ ਔਰਗਨਾਈਜੇਸ਼ਨ ਵੀ ਇਹੀ ਗੱਲ ਕਹਿੰਦੀ ਹੈ ਮੇਰੇ ਨਾਲ ਇਸ ਔਰਗਨਾਈਜੇਸ਼ਨ ਦੇ CEO ਰੀਨਾ ਸ਼ਰਮਾ ਅਤੇ ਚੇਤਨ ਸ਼ਰਮਾ ਮੌਜੂਦ ਹਨ ਜੋ ਕਿ ਇਸ ਭਾਵਨਾਵਾਂ ਨੂੰ ਇਸ ਸੇਵਾ ਨੂੰ ਲਿਜਾਉਣ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਕਾਮਯਾਬ ਹੋ ਰਹੇ ਹਨ ਅੱਜ ਉਹਨਾਂ ਦੇ ਨਾਲ ਕਰਾਂਗੇ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਔਰ ਦੱਸਾਂਗੇ ਉਹਨਾਂ ਦਾ ਸਟਰਗਲ ਔਰ ਉਹਨਾਂ ਦਾ ਇਹ ਬਿਜ਼ਨਸ ਔਰ ਉਹਨਾਂ ਦੀ ਇਹ ਸੇਵਾ ਔਰ ਇਹ ਸੇਵਾ ਪਹੁੰਚੇਗੀ ਤੁਹਾਡੇ ਘਰ ਦੇ ਵਿੱਚ ਵੀ ਕਿਸ ਤਰੀਕੇ ਨਾਲ ਦੱਸਾਂਗੇ ਇਸ ਐਪੀਸੋਡ ਦੇ ਵਿੱਚ ਸੋ ਆਈ ਵੈਲਕਮ ਵਿਦ ਮੀ ਰੀਨਾ ਸ਼ਰਮਾ ਐਂਡ ਚੇਤਨ ਸ਼ਰਮਾ ਸੋ ਹਰਕੀਰਤ ਆਈ ਵਾਂਟ ਆਵਰ ਵੰਡਰਫੁਲ audience to know and you to know a little bit more about what we do. We are here for our community. We are a licensed home care agency, which means we offer care services to our community in the form of home health aids. These aids can come to the home under the supervision of a nurse and they will do personal care. You know, if your loved one is in bed or has fractured something, or has a heart issue or diabetes, they will take care of them. They will do light housekeeping. They will do groceries. They will do meal preparation. Cooking our Indian meals, very important, right? Bathing, dressing, everything you need to live comfortably in your home. And that's where we all wanna be. We wanna see our parents, our aunts, our uncles, everyone enjoy that phase of their life in their home, not in a nursing home, in home. And that's what we do. We provide home health aid services in the home. We also have CDPAP services so that suppose you have a family member and you only want them to take care of you. They can also register and be your caretaker. Thank you. Chetan, you would like to add something on this? Yes, so aapke seva ke liye hamara office Richmond Hill mein hai aur ek office sada Hicksville mein hai. Te jadon bhi tuhanu koi bhi zarurat hoye tujhe welcome. In our office or you call us on this number which is displayed and we'll be there to help you aur CDPAP mein ek jo hamara incentive ye hai ki aapke apne employees aap decide kar sakte ho kaun aapka take care karega to agar aapke apne jaise koi relative hai ya koi aapka
सन डॉटर कोई भी आपका टेक केयर कर सकता है एंड इट मेक्स इट मच ईजियर, स्पेशली जो कोविड चल रहा है इसमें कई बार कई फैमिलीज हैं बाहर के लोगों को घर पे लाने से थोड़ा हेजिटेंट होते हैं, तो यहाँ पे क्या है उनके अपने घर के अंदर रह रहे हैं उनके बच्चे, वो उनका टेक केयर करेंगे एंड दे गेट पेड फॉर दैट. सो आई थिंक इट्स अ वेरी गुड प्रोग्राम. एंड इन एडिशन टू दैट, अगर आप लोग अपनी जॉब ढूंढ रहे हैं HHA की, जो हम आपको जॉब्स देते हैं आप लोगों के घर में जाके उनकी सेवा करने, वो जॉब्स भी हम प्रोवाइड करते हैं. तो हमारा ऑफिस एक जो लिबर्टी एवेन्यू पे है उधर आप आके रजिस्टर कर सकते हैं, एक ऑफिस हमारा हिक्सफील्ड में है आप वहाँ पे आके रजिस्टर कर सकते हैं. सो यू नो इट्स ऑल्सो टेकिंग केयर और ऑल्सो प्रोवाइडिंग जॉब्स टू द कम्युनिटी. Homage caregivers, good afternoon, Beverly speaking. Yes, we do have Punjabi speaking staff. Thank you for calling Homage caregivers. Homage caregiver tuhade ghar vich service denda hai. Assi CDPAP case vi karde haan. Agar tuhanu zarurat hai, sanu please contact karo. And saadi location Richmond Hill. ਅਤੇ ਹਿਕਸਵਿਲ ਵਿੱਚ ਹੈ. ਸਾਨੂੰ ਸੇਵਾ ਦਾ ਮੌਕਾ ਦੇਵੋ ਐਂਡ ਥੱਲੇ ਸਕਰੀਨ 'ਤੇ ਸਾਡੇ ਨੰਬਰ ਆ ਰਹੇ ਹਨ, ਪਲੀਜ਼ ਸਾਨੂੰ ਕੰਟੈਕਟ ਕਰਨਾ ਨਾ ਭੁੱਲਣਾ. ਸੋ ਜਦੋਂ ਅਸੀਂ ਗੱਲ ਕਰ ਰਹੇ ਹਾਂ ਮਾਵਾਂ ਠੰਡੀਆਂ ਛਾਵਾਂ ਅਤੇ ਕਿਸ ਤਰੀਕੇ ਨਾਲ ਰੀਨਾ ਸ਼ਰਮਾ ਐਂਡ ਚੇਤਨ ਸ਼ਰਮਾ ਉਸ ਗੱਲ ਨੂੰ ਹਿਕਸਵਿਲ ਵਿਖੇ ਜਿਹੜਾ ਇਹਨਾਂ ਦਾ ਆਫਿਸ ਹੈਗਾ ਜੋ ਕਿ LIR ਸਟੇਸ਼ਨ ਦੇ ਬਿਲਕੁਲ ਠੀਕ ਸਾਹਮਣੇ ਹੈਗਾ, ਔਰ ਜੇਕਰ ਤੁਸੀਂ ਦੂਜੇ ਪਾਸੇ ਗੁਰੂ ਨਾਨਕ ਦਰਬਾਰ ਆਫ ਲੌਂਗ ਆਈਲੈਂਡ ਅਗਰ ਮੱਥਾ ਟੇਕਣ ਆਉਂਦੇ ਹੋ ਹਰ ਐਤਵਾਰ ਨੂੰ, ਜਾਂ ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੱਥਾ ਟੇਕਣ ਆਉਂਦੇ ਹੋ ਪਲੇਨ ਵਿਊ ਵਿਖੇ, ਤਾਂ ਇਹਨਾਂ ਦਾ ਬਿਲਕੁਲ ਸੈਂਟਰ ਦੇ ਵਿੱਚ ਆਫਿਸ ਹੈ. ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ. TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਕਿ ਆਪਾਂ ਤੁਹਾਡੇ ਨਾਲ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਫਿਕਸ ਕਰਨਾ ਚਾਹੁੰਦੇ ਹਾਂ, ਐਂਡ ਤੁਹਾਨੂੰ ਹਰ ਤਰੀਕੇ ਦੀ ਜਿਹੜੀ ਸਰਵਿਸ ਹੈ ਉਹ ਤੁਹਾਡੇ ਘਰ ਬੈਠੇ ਹੋਏ ਤੁਹਾਨੂੰ ਮਿਲੇਗੀ. ਤੁਸੀਂ ਕਾਲ ਕਰਨਾ, ਤੁਹਾਡੇ ਪੇਪਰ ਵਰਕ ਦਾ ਜਿਹੜਾ ਧਿਆਨ ਹੈ ਉਹ ਵੀ ਇਹਨਾਂ ਵੱਲੋਂ ਰੱਖਿਆ ਜਾਏਗਾ. ਬਕਾਇਦਾ ਇਹਨਾਂ ਦੇ ਕੋਲ ਪ੍ਰੋਫੈਸ਼ਨਲ ਟੀਮ ਹੈਗੀ ਹੈ ਜੋ ਕਿ ਹਰ ਲੈਂਗੁਏਜ ਬੋਲਦੀ ਹੈ. ਜੋ ਵੀ ਤੁਹਾਡੀ ਡਿਮਾਂਡ ਹੈ ਉਹ ਤੁਹਾਨੂੰ ਬਕਾਇਦਾ ਦਿੱਤੀ ਜਾਂਦੀ ਹੈ. ਚੇਤਨ ਜੀ, ਅਗਰ ਕਿਸੇ ਕੋ ਜਿਸ ਤਰੀਕੇ ਕੀ ਵੀ ਡਿਮਾਂਡ ਆਪ ਉਸਕੋ ਟੇਕ ਕੇਅਰ ਕਰਤੇ ਹੈ, ਤੋ ਔਰ ਕਿਆ ਕਿਆ ਸਰਵਿਸਿਜ਼ ਹੈ ਜੋ ਆਪ ਉਨਕੀ ਟੇਕ ਕੇਅਰ ਕਰਨੇ ਕੇ ਲਈ ਧਿਆਨ ਮੇ ਰੱਖਤੇ ਹੈ? ਰਾਈਟ, ਜੈਸੇ ਅਗਰ ਕਿਸੀ ਕੇ ਪਾਸ ਮੈਡੀਕੇਟ ਨਹੀਂ ਹੈ तो हम उनकी मेडिकेट पे फाइल उनकी एप्लीकेशन फिल करने में हेल्प करते हैं, उनका मेडिकेट एक्टिव करना करवाते हैं. उसके अलावा अगर उनको कोई फूड स्टैम्प्स में प्रॉब्लम्स हो रही हैं, रेंट के उसमें प्रॉब्लम हो रही है, वहाँ पे भी हम हेल्प करते हैं उनकी. सो इन एडिशन टू होम केयर वी गिव देम द होल यू नो ऑल द अदर सर्विसेज अलोंग विद इट. You know, I can see your staff, your team, they're all professional. So what basically you emphasize on for you when it comes to your staff? You know, the biggest challenge is this area when something happens, when you fall sick or your mother falls sick, it's very emotionally challenging. We will take care of everything, soup to nuts. Just give us the call. We will help you solve and navigate. Even if they're still in the hospital, give us a call. We will arrange for the discharge, work with the insurance and get the aid set up. Just have to give us a call. That's it. ਅਸੀਂ ਹਮੇਸ਼ਾ ਸੁਣਿਆ ਚੇਤਨ ਜੀ ਕਿ ਸੇਵਾ ਭਾਵ ਦੀ ਜਿਹੜੀ ਗੱਲ ਹੁੰਦੀ ਹੈ, ਮੈਨੂੰ ਲੱਗਦਾ ਇਸ ਆਰਗਨਾਈਜੇਸ਼ਨ ਦੇ ਵਿੱਚ ਉਹ ਸੇਵਾ ਭਾਵ ਵੇਖਣ ਨੂੰ ਮਿਲਦੀ ਹੈ, ਤਾਂ ਕਿਵੇਂ ਤੁਸੀਂ ਆਪਣੇ ਸਟਾਫ ਨੂੰ ਵੀ ਟ੍ਰੇਨ ਕਰਦੇ ਹੋ ਕਿ ਤੁਸੀਂ ਉਸ ਤਰੀਕੇ ਦੀ ਸੇਵਾ ਕਰਨੀ ਹੈ ਜਾ ਕੇ, ਐਂਡ ਪੇਪਰ ਵਰਕ ਜਿਹੜਾ ਹੈਗਾ ਤੁਸੀਂ ਟੇਕ ਕੇਅਰ ਕਰ ਲਓਗੇ ਪਿੱਛੋਂ ਦੀ, ਪਰ ਤੁਸੀਂ ਸੇਵਾ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਹੋਇਆ? ਹਾਂਜੀ, ਇੱਥੇ ਸਾਡਾ ਸਟਾਫ ਜਿਹੜਾ ਹੈ ਤੁਸੀਂ ਹਾਇਰ ਵੀ ਉਸ ਤਰ੍ਹਾਂ ਦਾ ਸਟਾਫ ਕਰਨਾ ਪੈਂਦਾ ਜਿਹਨਾਂ ਦਾ ਭਾਵਨਾ ਹੈ ਪਹਿਲੇ ਤੋਂ, ਰਾਈਟ? ਥੋੜ੍ਹੀ ਇੱਥੇ ਆ ਕੇ ਅਸੀਂ ਟ੍ਰੇਨ ਕਰਦੇ ਹਾਂ ਉਹਨਾਂ ਨੂੰ, ਬਟ ਉਹਨਾਂ ਦੇ ਅੰਦਰ ਇੱਕ ਹਿਊਮੈਨਿਟੀ ਦੇ ਲਈ ਕੁਝ ਕਰਨ ਦੀ ਕੋਈ ਹੋਣੀ ਚਾਹੀਦੀ ਹੈ, ਜੋਸ਼ ਹੋਣਾ ਚਾਹੀਦਾ. ਅਤੇ ਅਸੀਂ ਉਹਨਾਂ ਦਾ ਇੰਟਰਵਿਊ ਉਸ ਤਰ੍ਹਾਂ ਨਾਲ ਕਰਦੇ ਹਾਂ, ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਬੇਸਡ ਔਨ ਦੈਟ, ਦੈਨ ਵੀ ਟੈਲ ਦੈਮ ਓਕੇ ਨਾਓ ਯੂ ਆਰ ਰੈਡੀ ਟੂ ਗੋ ਆਊਟ ਇਨ ਦਾ ਫੀਲਡ ਐਂਡ ਟੇਕ ਕੇਅਰ ਆਫ ਆਰ ਪੇਸ਼ੈਂਟਸ. ਜੇਕਰ ਤੁਹਾਡੇ ਅੰਦਰ ਵੀ ਸੇਵਾ ਭਾਵ ਵਾਲੀ ਹਿਊਮੈਨੀਟੇਰੀਅਨ ਜੋ ਕਿ ਤੁਸੀਂ ਗੱਲਾਂ ਸੋਚਦੇ ਹੋ, ਤੁਸੀਂ ਸੋਚਦੇ ਹੋ ਕਿ ਮੈਂ ਸ਼ਾਇਦ ਇਸ ਜੋਬ ਦੇ ਵਿੱਚ ਹੁੰਦੀ, ਉਹ ਤੁਹਾਡਾ ਹੁਣ ਡਰੀਮ ਟਰੂ ਹੋ ਸਕਦਾ ਹੈ. ਯੂ ਕੈਨ ਆਲਸੋ ਗੈਟ ਹਾਇਰ ਇਨ ਦਿਸ ਔਰਗਨਾਈਜੇਸ਼ਨ. ਵੀ ਆਰ ਡਿਸਪਲੇਇੰਗ ਦਾ ਨੰਬਰ ਔਨ ਦਾ TV ਸਕਰੀਨ. ਇਫ ਯੂ ਵਾਂਟ ਟੂ ਵਰਕ ਵਿਦ ਦਿਸ ਕੰਪਨੀ ਐਂਡ ਯੂ ਵਾਂਟ ਟੂ ਨੋ ਮੋਰ ਅਬਾਊਟ ਦਿਸ ਕੰਪਨੀ, ਕਾਲ ਦੈਮ ਰਾਈਟ ਨਾਓ ਐਂਡ ਟੈਲ ਦੈਮ ਦੈਟ ਯੂ ਵਾਂਟ ਟੂ ਜੁਆਇਨ ਦਿਸ ਟੀਮ.
ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਿਜ਼ਨਸ ਆਫ ਦ ਵੀਕ ਸੀਜ਼ਨ 2 ਦੇ ਵਿੱਚ ਹੋਮ ਵਾਚ ਕੇਅਰ ਗਿਵਰਸ ਦੇ ਨਾਲ ਉਹਨਾਂ ਦੀ ਟੀਮ ਦੇ ਨਾਲ ਰਾਬਤਾ ਕਰ ਰਹੇ ਹਾਂ ਹੁਣ ਟੀਮ ਪਹੁੰਚ ਚੁੱਕੀ ਹੈ ਜੀ ਰਿਚਮੰਡ ਹਿੱਲ ਆਫਿਸ ਉਹਨਾਂ ਦੇ ਜਿੱਥੇ ਅਸੀਂ ਉਹਨਾਂ ਰਿਚਮੰਡ ਹਿੱਲ ਦੇ ਵਿੱਚ ਜਿਹੜੀ ਉਹਨਾਂ ਦੀ ਟੀਮ ਹੈਗੀ ਹੈ ਉਹਨਾਂ ਦੇ ਨਾਲ ਤੁਹਾਨੂੰ ਰਾਬਤਾ ਕਰਾਵਾਂਗੇ ਵਿਲ ਲੈਟ ਯੂ ਨੋ ਕਿ ਵਟ ਕਾਇੰਡ ਆਫ ਸਰਵਿਸਿਜ਼ ਦੇ ਪ੍ਰੋਵਾਈਡ ਜਿਹੜਾ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਕੁਆਰੀਆਂ ਲੈ ਸਕਦੇ ਹੋ ਅਤੇ ਇੱਥੇ ਚੇਤਨ ਜੀ ਅਤੇ ਮੇਰੇ ਨਾਲ ਰੀਨਾ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਇਸ ਲੋਕੇਸ਼ਨ ਦੇ ਉੱਤੇ ਐਂਡ ਉਹ ਕਿਵੇਂ ਤੁਹਾਡਾ ਧਿਆਨ ਰੱਖ ਸਕਦੇ ਨੇ ਘਰ ਦੇ ਵਿੱਚ ਉਹ ਅਸੀਂ ਜਾਣਾਂਗੇ ਬਿਜ਼ਨਸ ਆਫ ਦ ਵੀਕ ਸੀਜ਼ਨ 2 ਇਸ ਸ਼ੋਅ ਦੇ ਤਹਿਤ ਗੱਲ ਕਰਾਂਗੇ ਹੁਣ ਚੇਤਨ ਜੀ ਤੋਂ ਅਤੇ ਰੀਨਾ ਜੀ ਦੇ ਨਾਲ ਅਤੇ ਉਹਨਾਂ ਦੀ ਟੀਮ ਦੇ ਨਾਲ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਰਿਚਮੰਡ ਹਿੱਲ ਜਿਹੜਾ ਇਹਨਾਂ ਦਾ ਆਫਿਸ ਹੈ ਲਿਬਰਟੀ ਐਵਨਿਊ ਦੇ ਉੱਤੇ ਉਹ ਕਿਵੇਂ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦਾ ਸੋ ਹੋਮ ਵਾਚ ਕੇਅਰ ਗਿਵਰਸ ਰਿਚਮੰਡ ਹਿੱਲ ਆਫਿਸ ਜਿਹੜਾ ਇਹਨਾਂ ਦਾ ਹੈਗਾ ਕੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ ਔਰ ਕਿਵੇਂ ਤੁਹਾਨੂੰ ਘਰ ਬੈਠੇ ਹੀ ਉਹ ਸਾਰੀ ਸਰਵਿਸਿਜ਼ ਅਵੇਲ ਕਰਾ ਸਕਦੀ ਹੈ ਜੋ ਕਿ ਤੁਸੀਂ ਚਾਹੁੰਦੇ ਹੋ ਕਿ ਮੇਰੇ ਨਾਲ ਵੀ ਕੋਈ ਘਰ 'ਚ ਹੋਏ ਕੰਮ ਕਰਾਏ ਜਾਂ ਫਿਰ ਮੇਰੀ ਹੈਲਪ ਕਰੇ ਜਾਂ ਫਿਰ ਮੈਨੂੰ ਗਰੋਸਰੀ ਲਿਆ ਕੇ ਦੇ ਕਈ ਸਾਰੀਆਂ ਸੇਵਾਵਾਂ ਹਨ ਕੀ ਹਨ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਚੇਤਨ ਸ਼ਰਮਾ ਅਤੇ ਰੀਨਾ ਸ਼ਰਮਾ ਮੇਰੇ ਨਾਲ ਮੌਜੂਦ ਨੇ ਉਹਨਾਂ ਦੀ ਟੀਮ ਵੀ ਬਕਾਇਦਾ ਇੱਥੇ ਮੌਜੂਦ ਹੈ ਰਿਚਮੰਡ ਹਿੱਲ ਦੇ ਆਫਿਸ ਦੀ ਉਹਨਾਂ ਨਾਲ ਵੀ ਮੈਂ ਤੁਹਾਨੂੰ ਰਾਬਤਾ ਕਰਾਊਂਗਾ ਅਤੇ ਚੇਤਨ ਜੀ ਇੱਥੇ ਕੀ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਹੋ ਵੈਨ ਇਟ ਕਮਸ ਟੂ ਕੁਈਨਸ ਵਟ ਏਰੀਆਜ਼ ਯੂ ਆਲਮੋਸਟ ਕਵਰ ਰਾਈਟ ਹਾਂਜੀ ਸਤਿ ਸ਼੍ਰੀ ਅਕਾਲ ਹਮਾਰਾ ਜਿਹੜਾ ਆਫਿਸ ਲਿਬਰਟੀ 'ਤੇ ਹੈ ਰਿਚਮੰਡ ਹਿੱਲ ਇਹ ਸਾਰਾ ਤੁਹਾਡਾ ਕਵਰ ਕਰਦਾ ਹੈ ਸਾਊਥ ਓਜ਼ੋਨ ਪਾਰਕ ਯੂ ਨੋ ਐਨੀ ਵੇਅਰ ਇਨ ਕੁਈਨਸ ਇਨ ਫਾਰ ਰੋਕਵੇ ਆਪਣਾ ਕੁਈਨਸ ਵਿਲੇਜ ਹੋ ਗਿਆ ਜੈਕਸਨ ਹਾਈਟਸ ਹੋ ਗਿਆ ਤੁਸੀਂ ਸਾਨੂੰ ਫੋਨ ਕਰੋ ਇਸ ਨੰਬਰ 'ਤੇ ਅਸੀਂ ਤੁਹਾਡੀ ਆਲਵੇਜ਼ ਵੀ ਦੇਅਰ ਅਪੋਇੰਟਮੈਂਟ ਸੈੱਟ ਕਰਕੇ ਸਾਡੀ ਟੀਮ ਦੇ ਨਾਲ ਤੁਸੀਂ ਮੀਟ ਕਰ ਸਕਦੇ ਹੋ ਅਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਅਗਰ ਘਰ ਵਿੱਚ ਤੁਹਾਨੂੰ ਕੋਈ ਕੇਅਰ ਚਾਹੀਦੀ ਹੈ ਬਜ਼ੁਰਗ ਲੋਕ ਹੈ ਤੁਸੀਂ ਬਿਜ਼ੀ ਹੋ ਆਪਣੇ ਆਫਿਸ ਵਿੱਚ ਤੁਹਾਨੂੰ ਘਰ ਵਿੱਚ ਏਡ ਚਾਹੀਦੀ ਹੈ ਅਸੀਂ ਤੁਹਾਨੂੰ ਏਡ ਪ੍ਰੋਵਾਈਡ ਕਰਦੇ ਹਾਂ ਏਡ ਤੁਹਾਡੀ ਸਾਰੀ ਸੇਵਾ ਕਰਦੀ ਹੈ ਗਰੋਸਰੀ ਸ਼ੋਪਿੰਗ ਅਤੇ ਡਾਕਟਰ ਅਪੋਇੰਟਮੈਂਟਸ ਹਰ ਜਗ੍ਹਾ ਤੁਹਾਨੂੰ ਲੈ ਕੇ ਜਾਣਾ ਹੈ ਉਹਨਾਂ ਨੇ ਮੇਕ ਸ਼ੋਰ ਕਰਨਾ ਤੁਹਾਡਾ ਅਪ ਟੂ ਡੇਟ ਹੈਲਥ ਐਵਰੀਥਿੰਗ ਇਜ਼ ਗੁੱਡ ਇਹ ਸਾਡੀ ਰਿਸਪੋਂਸੀਬਿਲਟੀ ਹੈ ਬਿਲਕੁਲ ਸੋ ਰੀਨਾ ਵੈਨ ਇਟ ਕਮਸ ਟੂ ਦ ਸਰਵਿਸਿਜ਼ ਹੇਅਰ ਇਨ ਰਿਚਮੰਡ ਹਿੱਲ ਆਫਿਸ ਹੈਵਿੰਗਲੀ ਸੈਟ ਬਾਏ ਚੇਤਨ ਜੀ ਦੈਟ ਯੂ ਆਲਮੋਸਟ ਕਵਰ ਦ ਕੁਈਨਸ ਏਰੀਆ ਸੋ ਵੈਨ ਇਟ ਕਮਸ ਟੂ ਸਰਵਿਸਿਜ਼ ਵਟ ਸਰਵਿਸਿਜ਼ ਯੂ ਨੋ ਪ੍ਰੋਵਾਈਡਡ ਬਾਈ ਯੂਰ ਟੀਮ ਦੋਜ਼ ਹੂ ਆਰ ਵਰਕਿੰਗ ਇਨ ਰਿਚਮੰਡ ਹਿੱਲ ਆਫਿਸ Right, so when, you know, unfortunate things happen and you do need that care at home, our office here will help you from A to Z. If you don't even know how to start the process, what is my insurance? Where do I start? Who do I call? You come, you make an appointment with us, we will handle everything for you. It is very challenging when your mom, your dad, your aunt, your uncle, your loved one, your grandparents, they're not well. Where do I start? We will take care of that all for you. And in the end, the result will be a very qualified aide to take care of you in your home. Results will be qualified aide and they will take care of you. Tuhadi seva jehdi hai baqaida home watch cares givers walon di team walon kiti jayegi. Hun main tuhanu milwana inna di team di jo ki tuhanu Richmond Hill office de vich milange. ਅਤੇ ਤੁਸੀਂ ਆਪਣੀ ਅਪੁਆਇੰਟਮੈਂਟ ਹੁਣੇ ਹੀ ਫਿਕਸ ਕਰਾ ਲਓ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਦੀ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ ਪੰਜਾਬੀ ਸਪੀਕਿੰਗ ਟੀਮ ਵੀ ਇਹਨਾਂ ਦੇ ਕੋਲ ਹੈਗੀ ਹੈ ਟੀਮ ਦੇ ਵਿੱਚ ਕੌਣ ਕੌਣ ਹੈ ਆਓ ਉਹਨਾਂ ਨਾਲ ਵੀ ਮਿਲਵਾਉਂਦੇ ਹਾਂ ਅਤੇ ਹੁਣ ਮੇਰੇ ਨਾਲ ਸਿੰਮੀ ਅਤੇ ਕਿਰਨ ਇੱਥੇ ਮੌਜੂਦ ਨੇ ਜੋ ਕਿ ਤੁਹਾਨੂੰ ਰਿਚਮੰਡ ਹਿੱਲ ਆਫਿਸ ਹੋਮ ਵਾਚ ਕੇਅਰ ਗਿਵਰਸ ਦੇ ਆਫਿਸ ਦੇ ਵਿੱਚ ਮਿਲਣਗੇ ਅਤੇ ਸਿੰਮੀ ਜੀ ਸਾਨੂੰ ਦੱਸਣਗੇ ਕੀ ਸਰਵਿਸਿਜ਼ ਜਿਹੜੀ ਹੈ ਤੁਸੀਂ ਪ੍ਰੋਵਾਈਡ ਕਰਦੇ ਹੋ ਘਰ ਦੇ ਵਿੱਚ ਮੈਨੂੰ ਜ਼ਰੂਰਤ ਹੈਗੀ ਇਸ ਟਾਈਮ 'ਤੇ ਕਿਵੇਂ ਐਜ਼ ਇਨ ਮੈਂ ਤੁਹਾਡੇ ਕੋਲ ਪੇਸ਼ੈਂਟ ਆਇਆ ਅਤੇ ਕੀ ਤੁਸੀਂ ਸਰਵਿਸਿਜ਼ ਮੈਨੂੰ ਦਿਓਗੇ ਸੋ ਜਿਵੇਂ ਕਿ ਤੁਸੀਂ ਪਹਿਲਾਂ ਐਂਟਰ ਕਰੋਗੇ ਸਾਡੇ ਆਫਿਸ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਤੁਹਾਨੂੰ ਕਿਹੜੀ ਇੰਸ਼ੋਰੈਂਸ ਬੈਟਰ ਸਰਵਿਸਿਜ਼ ਪ੍ਰੋਵਾਈਡ ਕਰੇਗੀ ਦੈਨ ਡੇ ਵਨ ਆਈ ਮੀਨ ਤੁਹਾਡੇ ਕੇਸ ਸਟਾਰਟ ਹੋਣ ਤੱਕ ਜਦ ਤੱਕ ਤੁਹਾਨੂੰ ਸਰਵਿਸਿਜ਼ ਮਿਲ ਨਹੀਂ ਜਾਂਦੀ ਤਾਂ ਤੱਕ ਜਿੰਨੀ ਵੀ ਫਾਰਮੈਲਿਟੀਜ਼ ਹੈ ਉਹ ਸਾਰੇ 'ਚ ਆਪਾਂ ਹੈਲਪ ਕਰਦੇ ਹਾਂ ਐਂਡ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਅਸੀਂ ਔਨਲਾਈਨ ਵੀ ਕਰ ਰਹੇ ਹਾਂ ਡਿਊ ਟੂ ਕੋਵਿਡ ਐਂਡ ਜੇ ਤੁਸੀਂ ਆਉਣਾ ਚਾਹੁੰਦੇ ਹੋ ਤੁਸੀਂ ਇੱਥੇ ਆ ਕੇ ਵੀ ਬਣਾ ਸਕਦੇ ਸੋ ਐਵਰੀਥਿੰਗ ਕਿਰਨ ਜੀ ਗੁਰਦੁਆਰੇ ਦੇ ਵਿੱਚ ਜਦ ਤੁਹਾਡੇ ਕੋਲ ਉੱਥੇ ਸੰਗਤ ਆਉਂਦੀ ਹੈ ਅਤੇ ਕੀ ਉਹ ਸਵਾਲ ਪੁੱਛਦੇ ਹੈ ਔਰ ਕਿਵੇਂ ਕਿਵੇਂ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ ਔਰ ਕੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਹਾਂਜੀ ਉਹ ਪੁੱਛਦੇ ਹੈ ਕਿ ਉਹਨਾਂ ਨੂੰ ਅਗਰ ਹੋਮ ਕੇਅਰ ਮੈਂ ਉਹਨਾਂ ਨੂੰ ਐਕਚੁਅਲੀ ਦੱਸਦੀ ਹਾਂ ਕਿ ਉਹਨਾਂ ਨੂੰ ਹੋਮ ਕੇਅਰ ਸਰਵਿਸ ਜਿੱਦਾਂ ਚਾਹੀਦੀ ਹੈ ਮੈਨੂੰ ਪੁੱਛਦੇ ਆਪਣੇ ਮੈਡੀਕੇਡ ਐਂਡ ਮੈਡੀਕੇਅਰ ਬਾਰੇ ਸੋ ਅਗਰ ਫਿਰ ਉਹਨਾਂ ਨੂੰ ਉਹ ਪੁੱਛਦੇ ਕਿ ਅਗਰ ਸਾਡੇ ਘਰ 'ਚ ਕੋਈ ਫੈਮਿਲੀ ਮੈਂਬਰ ਉਹਨਾਂ ਦੀ ਟੇਕ ਕੇਅਰ ਕਰ ਸਕੇ ਤਾਂ ਉਹ ਮਿਲ ਸਕਦਾ ਅਤੇ ਮੈਂ ਉਹਨਾਂ ਲਈ ਐਕਸਪਲੇਨ ਕਰਦੀ ਹਾਂ ਕਿ ਕਿਵੇਂ ਉਹਨਾਂ ਨੂੰ ਮਿਲ ਸਕਦਾ ਅਤੇ ਹੋਮ ਕੇਅਰ ਅਸੀਂ ਕਹਿੰਦੇ ਹੁੰਦਾ ਕੀ ਆ ਹੋਮ ਕੇਅਰ ਦਾ ਕੀ ਮਤਲਬ ਹੁੰਦਾ ਲਾਈਕ ਫੈਮਿਲੀ ਮੈਂਬਰ ਜਿੱਦਾਂ ਟੇਕ ਕੇਅਰ ਕਰ ਸਕਦੀ ਆ ਫੈਮਿਲੀ ਲਈ
ਜਿੱਦਾਂ ਪੇਰੈਂਟਸ ਲਈ ਅਸੀਂ ਆਪਣੀ ਜਿੱਦਾਂ ਮੈਂ ਹੀ ਹਾਂ ਆਪਣੇ ਪੇਰੈਂਟਸ ਲਈ ਟੇਕ ਕੇਅਰ ਕਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਪੇਰੈਂਟਸ ਲਈ ਟੇਕ ਕੇਅਰ ਕਰ ਸਕਦੀ ਹਾਂ ਘਰ 'ਚ ਹੀ ਮਤਲਬ ਤੁਸੀਂ ਘਰ ਚਲਦੇ ਹੋ ਸਮੀ ਜੀ ਜੇ ਕੋਈ ਘਰ ਦੇ ਵਿੱਚ ਕੋਈ ਉਹਨਾਂ ਦੀ ਡਾਟਰ ਜਾਂ ਉਹਨਾਂ ਦਾ ਸਨ ਹੀ ਉਹਨਾਂ ਦਾ ਟੇਕ ਕੇਅਰ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਕੰਪਨੀ ਜਿਹੜੀ ਆ ਉਹਨਾਂ ਨੂੰ ਹੈਲਪ ਕਰਦੀ ਹੈ ਉਹ ਡਾਕੂਮੈਂਟੇਸ਼ਨ ਕਰਾਉਣ ਦੇ ਲਈ ਸਾਡੀ ਦੋ ਸਰਵਿਸਿਜ਼ ਹੈ ਇੱਕ ਤਾਂ ਜਦ ਤੁਸੀਂ ਆਪਣੀ ਫੈਮਿਲੀ ਨੂੰ ਹੀ ਆਪਣੀ ਟੇਕ ਕੇਅਰ ਵਾਸਤੇ ਰੱਖਣਾ ਚਾਹੁੰਦੇ ਹੋ ਇੱਕ ਉਹ ਅਤੇ ਮੋਸਟ ਆਫ ਦੀ ਟਾਈਮ ਉਹਨਾਂ ਕੋਲ ਨਹੀਂ ਹੁੰਦਾ ਕੋਈ ਫੈਮਿਲੀ ਜਾਂ ਦੂਰ ਰਹਿੰਦੇ ਆ ਇਨ ਦੈਟ ਕੇਸ ਅਸੀਂ ਆਪਣੇ ਵੱਲੋਂ ਏਡਸ ਭੇਜਦੇ ਹਾਂ ਜਿਹੜੀ ਕਿ ਵੈਲ ਕੁਆਲੀਫਾਈਡ ਐਂਡ ਐਕਸਪੀਰੀਅੰਸ ਹੁੰਦੀ ਹੈ ਸਿਰਫ ਫੈਸਿਲਿਟੀ ਜਿਹੜੀ ਨਿਊਯਾਰਕ ਦੇ ਵਿੱਚ ਅਵੇਲੇਬਲ ਆ ਰਾਈਟ ਨਾਓ ਜਿਹੜੀ ਸਾਡੀ ਨੌਲੇਜ ਹੈ ਸਿਰਫ 3 ਸਟੇਟਸ ਹੈ ਜਿੱਥੇ ਇਹ ਫੈਸਿਲਿਟੀ ਹੈਗੀ ਹੈ ਨਿਊਯਾਰਕ ਇਜ਼ ਵਨ ਆਫ ਦੈਮ ਤੇ 3 ਸਟੇਟ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਸਟੇਟ ਦੇ ਵਿੱਚ ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਅਸੀਂ ਹਲੇ ਨਿਊਯਾਰਕ ਹੀ ਕਵਰ ਕਰ ਰਹੇ ਹਾਂ ਐਂਡ ਹੋਪਫੁਲੀ ਛੇਤੀ ਹੋਰ ਵੀ ਕਵਰ ਕਰਾਂਗੇ ਤੇ ਜੇ ਤੁਸੀਂ ਕੁਵੀਨਸ ਦੇ ਵਿੱਚ ਰਹਿੰਦੇ ਹੋ ਇਫ ਯੂ ਆਰ ਲਿਵਿੰਗ ਇਨ ਰਿਚਮੰਡ ਹਿੱਲ ਓਜ਼ੋਨ ਪਾਰਕ ਵੁੱਡ ਹੈਵਨ ਫਲੋਰਲ ਪਾਰਕ ਜੈਕਸਨ ਹਾਈਟਸ ਕੁਵੀਨਸ ਵਿਲੇਜ ਜਾਂ ਫਿਰ ਤੁਸੀਂ ਲੌਂਗ ਆਈਲੈਂਡ ਸਿਟੀ ਰਹਿੰਦੇ ਹੈਗੇ ਹੋ ਜਾਂ ਤੁਸੀਂ ਮੈਨਹੈਟਨ ਵੀ ਰਹਿੰਦੇ ਹੋ ਜਾਂ ਫਿਰ ਤੁਸੀਂ ਜਦ ਇੱਥੇ ਨੈਸਾ ਕਾਊਂਟੀ ਆ ਜਾਓ ਜਾਂ ਫਿਰ ਤੁਸੀਂ ਰਹਿੰਦੇ ਹੋ ਨਿਊ ਹਾਈਟ ਪਾਰਕ ਐਲਮੌਂਟ ਵੈਲੀ ਸਟ੍ਰੀਮ ਹਿਕਸਵਿਲ ਬੈਥਪੇਜ ਜਾਂ ਫਿਰ ਤੁਸੀਂ ਚਲੇ ਜਾਂਦੇ ਹੋ ਪਲੇਨ ਵਿਊ ਅਤੇ ਕਿਸੇ ਵੀ ਤੁਸੀਂ ਇਲਾਕੇ ਦੇ ਵਿੱਚ ਨਿਊਯਾਰਕ ਦੇ ਵਿੱਚ ਰਹਿੰਦੇ ਹੋ ਪੂਰਾ ਨਿਊਯਾਰਕ ਕਵਰ ਕਰਦੀ ਇਹਨਾਂ ਦੀ ਟੀਮ ਦੋ ਦਫ਼ਤਰ ਇਹਨਾਂ ਦੇ ਹੈਗੇ ਇੱਕ ਹਿਕਸਵਿਲ ਵਿਖੇ ਜਿੱਥੇ ਤੁਹਾਨੂੰ ਅਸੀਂ ਟੀਮ ਦੇ ਨਾਲ ਮਿਲਵਾਇਆ ਸੀਗਾ ਬ੍ਰੇਕ ਤੋਂ ਪਹਿਲਾਂ ਔਰ ਇੱਕ ਆਫਿਸ ਇਹਨਾਂ ਦਾ ਰਿਚਮੰਡ ਹਿੱਲ ਹੈਗਾ ਅਤੇ ਇੱਥੇ ਜੇਕਰ ਤੁਸੀਂ ਕੁਈਨਸ ਰਹਿੰਦੇ ਹੋ ਸੋ ਯੂ ਕੈਨ ਵਿਜ਼ਿਟ ਦੇਅਰ ਆਫਿਸ ਜੇ ਵਿਜ਼ਿਟ ਨਹੀਂ ਕਰ ਪਾ ਰਹੇ ਹੋ ਅਪੁਆਇੰਟਮੈਂਟ ਕਰਾਉਣੀ ਹੈ ਤਾਂ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਤੇ ਕਾਲ ਲਾ ਲਿਓ ਟੀ ਵੀ ਦੇ ਉੱਤੇ ਐਡਰੈਸ ਵੀ ਚੱਲ ਰਹੇ ਨੇ ਦੋਨੋਂ ਆਫਿਸਿਸ ਦੇ ਤੁਸੀਂ ਇਹਨਾਂ ਦੇ ਆਫਿਸ ਵੀ ਜਾ ਸਕਦੇ ਹੋ ਘਰ ਦੇ ਵਿੱਚ ਸੇਵਾ ਦੇ ਲਈ ਹੁਣ ਤੁਹਾਡੇ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਕਦਰਦਾਨ ਉਹ ਸਿੰਮੀ ਜੀ ਅਤੇ ਕਿਰਨ ਜੀ ਜਿਹੜੇ ਨੇ ਰਿਚਮੰਡ ਹਿੱਲ ਆਫਿਸ ਵਿਖੇ ਤੁਹਾਨੂੰ ਹੈਲਪ ਆਊਟ ਕਰਨਗੇ ਤੁਹਾਡਾ ਜਿਹੜਾ ਵੀ ਡਾਕੂਮੈਂਟੇਸ਼ਨ ਹੈਗੀ ਹੈ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਬਾ ਕਮਾਲ ਕਿਰਨ ਜੀ ਅਤੇ ਸਿੰਮੀ ਜੀ ਪੰਜਾਬੀ ਵੀ ਬੋਲਦੇ ਨੇ ਔਰ ਤੁਹਾਡੀ ਗੱਲ ਨੂੰ ਸਮਝਦੀ ਵੀ ਨੇ ਔਰ ਤੁਹਾਡੀ ਹਰ ਉਸ ਲੋੜ ਨੂੰ ਆਪ ਦੇ ਮੋਢਿਆਂ 'ਤੇ ਚੱਕ ਕੇ ਤੁਹਾਨੂੰ ਸੇਵਾ ਦੇਣ ਦੇ ਵਿੱਚ ਉਹ ਵਚਨਬੰਧ ਵੀ ਹੋ ਰਹੇ ਨੇ ਕਿਰਨ ਜੀ ਮੈਂ ਜ਼ਰੂਰ ਜਾਣਨਾ ਚਾਹਾਂਗਾ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਕਿਸ ਕਿਸ ਸੇਵਾਵਾਂ ਦੀ ਲੋੜ ਪੈਂਦੀ ਹੈ ਔਰ ਉਹ ਕੀ ਡਿਮਾਂਡ ਕਰਦੇ ਆ ਤੁਹਾਡੇ ਤੋਂ ਕਈ ਵਾਰੀ ਮੈਨੂੰ ਪੁੱਛਦੇ ਆ ਜਿੱਦਾਂ ਉਹਨਾਂ ਦੇ ਬੱਚੇ ਉਹਨਾਂ ਲਈ ਟੇਕ ਕੇਅਰ ਕਰ ਸਕਦੇ ਅਤੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਅਤੇ ਉਹ ਕਈ ਵਾਰੀ ਸਾਡੇ ਕੋਲ ਫੂਡ ਸਟੈਂਪ ਵਾਸਤੇ ਪੁੱਛਦੇ ਆ ਅਤੇ ਉਹਦੇ ਵਾਸਤੇ ਵੀ ਅਸੀਂ ਹੈਲਪ ਕਰਦੇ ਹਾਂ ਸੋਸ਼ਲ ਵਰਕਰ ਜਿੱਦਾਂ ਕੋਈ ਵੀ ਅਸੀਂ ਉਹਨਾਂ ਵਾਸਤੇ ਲਾਈਕ ਉਹਦਾ ਸਾਰੀ ਹੈਲਪ ਕਰ ਦਿੱਤੀ ਹੈ ਜੇ ਕਿਸੇ ਦੇ ਕੋਲ ਸਿੰਮੀ ਜੀ ਇੰਸ਼ੋਰੈਂਸ ਦੀ ਪ੍ਰੋਬਲਮ ਹੋਏ ਤਾਂ ਉਹ ਵੀ ਟੇਕ ਕੇਅਰ ਕੀਤੀ ਜਾਂਦੀ ਹੈ ਕਿਸੇ ਦੇ ਕੋਲ ਪੇਪਰ ਨਾ ਹੋਣ ਉਹ ਕਿਵੇਂ ਤੁਸੀਂ ਇਹਨਾਂ ਨੂੰ ਵਰਕਆਊਟ ਕਰਦੇ ਹੋ ਸਾਡੇ ਕੋਲ 20% ਕਲਾਇੰਟਸ ਉਹ ਆਉਂਦੇ ਆ ਜਿਨ੍ਹਾਂ ਕੋਲ ਮੈਡੀਕੇਡ ਹੈ ਹੀ ਨਹੀਂ ਸੋ ਅਸੀਂ ਮੈਡੀਕੇਡ ਅਪਲਾਈ ਕਰਾਉਂਦੇ ਹਾਂ ਦੈਨ ਉਸ ਤੋਂ ਬਾਅਦ ਉਹਨਾਂ ਨੂੰ ਇੰਸ਼ੋਰੈਂਸ ਦਵਾਉਂਦੇ ਹਾਂ ਐਂਡ ਦੈਨ ਉਹਨਾਂ ਨੂੰ ਹੋਮ ਕੇਅਰ ਸਰਵਿਸ ਸਟਾਰਟ ਕਰਵਾਉਂਦੇ ਹਾਂ ਸੋ ਇਹ ਸਾਰੀ ਪ੍ਰੋਸੈਸ ਅਸੀਂ ਆਪਣੇ ਉੱਤੇ ਹੀ ਲੈ ਕੇ ਸਾਰੀ ਪੂਰੀ ਕਰਦੇ ਹਾਂ ਠੀਕ ਹੈ ਸਾਰਾ ਭਾਰ ਉਹਨਾਂ ਦਾ ਤੁਸੀਂ ਆਪਣੇ ਮੋਢਿਆਂ 'ਤੇ ਚੱਕ ਲੈਂਦੇ ਹੋ ਅਤੇ ਫਿਰ ਉਹਨਾਂ ਨੂੰ ਤੁਸੀਂ ਜਿਹੜੀ ਸਰਵਿਸ ਪ੍ਰੋਵਾਈਡ ਕਰਾ ਦਿੰਦੇ ਹੋ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ ਨੰਬਰ ਤੁਸੀਂ ਹੁਣੇ ਹੀ ਮਿਲਾ ਲਓ ਆਪਣੀ ਅਪੁਆਇੰਟਮੈਂਟ ਫਿਕਸ ਹੁਣੇ ਹੀ ਕਰਾ ਲਓ ਅਤੇ ਨਾਲ ਜਿਹੜਾ ਤੁਸੀਂ ਆਪਣਾ ਘਰ ਦੇ ਵਿੱਚ ਕੋਈ ਵੀ ਸੇਵਾਵਾਂ ਚਾਹੁੰਦੇ ਹੋ ਅਤੇ ਘਰ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰੇ ਘਰ ਦੇ ਵਿੱਚ ਸਵੇਰੇ ਸ਼ਾਮ ਨੂੰ ਕੋਈ ਆਏ ਔਰ ਮੇਰੇ ਨਾਲ ਗੱਲ ਵੀ ਕਰੇ ਔਰ ਮੇਰੇ ਨਾਲ ਜਿਹੜਾ ਹੈਗਾ ਮੇਰੀ ਸੇਵਾ ਵੀ ਕਰੇ ਅਤੇ ਨਾਲ ਮੈਨੂੰ ਸ਼ੋਪਿੰਗ ਲੈ ਵੀ ਲੈ ਕੇ ਜਾਏ ਮੈਨੂੰ ਗਰੋਸਰੀ ਲਈ ਵੀ ਲੈ ਕੇ ਜਾਏ ਮੈਨੂੰ ਮੇਰੇ ਡਾਕਟਰ ਦੇ ਆਫਿਸ ਦੇ ਵਿੱਚ ਵੀ ਲੈ ਕੇ ਜਾਏ ਤਾਂ ਨਿਊਯਾਰਕ ਦੇ ਵਿੱਚ ਇਹ ਜਿਹੜੀ ਕੰਪਨੀ ਹੈਗੀ ਆ ਹੋਮ ਵਾਚ ਕੇਅਰ ਗਿਵਰਸ ਇਹ ਜਿਹੜਾ ਔਰਗਨਾਈਜੇਸ਼ਨ ਹੈ ਜਿਹੜਾ ਦਾਇਰਾ ਇਹ ਵਚਨਬੰਧ ਹੋ ਰਿਹਾ ਉਹ ਸਾਰੀਆਂ ਸੇਵਾਵਾਂ ਤੁਹਾਨੂੰ ਦੇਣ ਦੇ ਲਈ ਯੂ ਕੈਨ ਕਾਲ ਦਮ ਰਾਈਟ ਨਾਓ ਵੀ ਆਰ ਫਲੈਸ਼ਿੰਗ ਯੋਰ ਨੰਬਰ ਔਨ ਟੀ ਵੀ ਸਕਰੀਨ ਐਂਡ ਯੂ ਆਰ ਆਲਸੋ ਵਾਚਿੰਗ ਦੇਅਰ ਆਫਿਸ ਐਡਰੈਸ ਦੇ ਹੈਵ ਵਨ ਆਫਿਸ ਇਨ ਹਿਕਸਵਿਲ ਦੇ ਹੈਵ ਵਨ ਆਫਿਸ ਹੇਅਰ ਇਨ ਰਿਚਮੰਡ ਹਿੱਲ ਯੂ ਕੈਨ ਅਵੇਲ ਦੇਅਰ ਸਰਵਿਸਿਜ਼ ਐਂਡ ਯੂ ਕੈਨ ਬੀ ਅ ਪਾਰਟ ਆਫ ਦਿਸ ਟੀਮ ਐਂਡ ਯੂ ਕੈਨ ਆਲਸੋ ਬਿਕਮ ਦੀ ਮੈਂਬਰ ਆਫ ਦਿਸ ਟੀਮ ਇਫ ਯੂ ਆਰ ਲੁਕਿੰਗ ਟੂ ਗੈਟ ਹਾਇਰਡ ਇਫ ਯੂ ਆਰ ਬੋਰ ਐਟ ਹੋਮ ਯੂ ਵਾਂਟ ਟੂ ਸਵਿਚ ਯੂਅਰ ਯੂ ਨੋ ਪ੍ਰੋਫੈਸ਼ਨਲ ਲਾਈਫ ਯੂ ਵਾਂਟ ਟੂ ਸਵਿਚ ਯੂਅਰ ਆਕੂਪੇਸ਼ਨ ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਹ ਜਿਹੜੀ ਔਰਗਨਾਈਜੇਸ਼ਨ ਹੈ ਹਾਇਰ ਵੀ ਕਰ ਰਹੀ ਹੈ ਔਰ ਤੁਹਾਨੂੰ ਘਰ ਦੇ ਵਿੱਚ ਬੈਠੇ ਬੈਠੇ ਇਹ ਸੇਵਾਵਾਂ ਵੀ ਦੇ ਰਹੀ ਹੈ ਸੋ ਕਹਿੰਦੇ ਆ ਕਿ ਇੱਕ ਪੱਥਰ ਦੇ ਨਾਲ ਦੇ ਆਰ ਕਿਲਿੰਗ ਟੂ ਬਰਡਸ ਸੋ ਇਹ ਸੇਵਾਵਾਂ ਤੁਹਾਨੂੰ ਰਿਚਮੰਡ ਹਿੱਲ ਅਤੇ ਹਿਕਸਵਿਲ ਵਿਖੇ ਮਿਲ ਸਕਦੀਆਂ ਇਹਨਾਂ ਦੀ ਟੀਮ ਦੇ ਵਿੱਚ ਹੋਰ ਕੌਣ ਕੌਣ ਹੈ ਉਹਨਾਂ ਨਾਲ ਵੀ ਮਿਲਵਾਉਂਦੇ ਹਾਂ ਇਹਨਾਂ ਦੀ ਟੀਮ ਦੇ ਵਿੱਚ ਇੱਥੇ ਵਿਕਾਸ ਸਿੰਮੀ ਖਿਰਨ ਰੀਨਾ ਐਂਡ ਚੇਤਨ ਜੀ ਇੱਥੇ ਮੌਜੂਦ ਨੇ ਅਤੇ ਸਾਡੇ ਨਾਲ ਪ੍ਰੀਤੀ ਜੀ ਵੀ ਇੱਥੇ ਮੌਜੂਦ ਨੇ ਅਤੇ ਇਹ ਰਿਚਮੰਡ ਹਿੱਲ ਦੇ ਵਿੱਚ ਇਹਨਾਂ ਦੀ ਟੀਮ ਜਿਹੜੀ ਹੈ ਦੇ ਵਿਲ ਹੈਲਪ ਯੂ ਆਊਟ ਜੋ ਉਹਨਾਂ ਨੇ ਦੱਸਿਆ ਮੈਂ ਜਾਂਦੇ ਜਾਂਦੇ ਰੀਨਾ ਜੀ ਤੋਂ ਵੀ ਪੁੱਛਾਂਗਾ ਅਤੇ ਵਿਕਾਸ ਜੀ ਨੂੰ ਪੁੱਛਾਂਗਾ ਵਿਕਾਸ ਜੀ ਕੀ ਇੱਥੇ ਜਿਹੜੇ ਸਾਡੇ ਲੋਕ ਨੇ ਜਿਹੜੇ ਇਸ ਟਾਈਮ ਟੀ ਵੀ ਵੇਖ ਰਹੇ ਨੇ ਕੀ ਤੁਹਾਡੇ ਤੋਂ ਐਕਸਪੈਕਟ ਕਰ ਸਕਦੇ ਨੇ ਵਟ ਕਾਇੰਡ ਆਫ ਸਰਵਿਸਿਜ਼ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰੋਗੇ ਜੇਕਰ ਉਹ ਨਹੀਂ ਆ ਸਕਦੇ
जी नमस्कार ते सत श्री अकाल। जिदा तुहानू वीर जी ने दस्या मेरा नाम विकास है ते मैं रिचमंड हिल ऑफिस च बैंदा। असी इत्थे इक साडा ऑफिस होम वॉच केयर गिवर्स जिहड़ा तुहाडी सेवावां लई खुल्लिया है। इत्थे असी वड्डे बजुर्गों नू और जिहड़े बच्चे डिसेबल्ड होंदे आ जिन्हां नू जिहड़े चल फिर नहीं सकदे अपना काम खुद नहीं कर सकदे अते ओह 18 साल तो उपर है उन्हां नू भी असी सेवा देंदे आ। अगर तुसीं साडे कोल नहीं आ सकते या तुहाडे फैमिली मैंबरस जिहड़े कामकाज ते जांदे आ ਉਹ ਪਿੱਛੋਂ ਤੁਹਾਡੀ ਟੇਕ ਕੇਅਰ ਨਹੀਂ ਕਰ ਸਕਦੇ ਜਿੱਦਾਂ ਤੁਹਾਨੂੰ ਦਵਾਈਆਂ ਨਹੀਂ ਦੇ ਸਕਦੇ ਜਾਂ ਤੁਹਾਡੇ ਖਾਣ ਪੀਣ ਦਾ ਧਿਆਨ ਨਹੀਂ ਰੱਖ ਸਕਦੇ ਅਸੀਂ ਉਹਨਾਂ ਨੂੰ ਸੇਵਾ ਪ੍ਰੋਵਾਈਡ ਕਰਦੇ ਹਾਂ। ਅਸੀਂ ਆਪਣੇ ਕੰਪਨੀ ਵੱਲੋਂ ਤੁਹਾਨੂੰ ਏਡ ਪ੍ਰੋਵਾਈਡ ਕਰਦੇ ਹਾਂ ਜਿਹੜੀ ਤੁਹਾਡੇ ਲਈ ਖਾਣਾ ਵੀ ਬਣਾਉਂਦੀਆਂ ਤੁਹਾਡੇ ਲਈ ਲਾਂਡਰੀ ਕਰਦੀਆਂ ਤੁਹਾਡੇ ਕੱਪੜੇ ਧੋਂਦੀਆਂ ਤੁਹਾਡੀ ਸਾਫ਼ ਸਫਾਈਆਂ ਕਰਦੀਆਂ ਅਤੇ ਤੁਹਾਡੀ ਦੇਖਭਾਲ ਕਰਦੀਆਂ ਜਾਂ ਤੁਹਾਡੇ ਬੱਚੇ ਕੰਮ 'ਤੇ ਗਏ ਹੁੰਦੇ ਹਨ। ਜਿੱਦਾਂ ਕਿ ਨਿਊਯਾਰਕ ਦੀ ਲਾਈਫ ਬੜੀ ਸਟ੍ਰੈਸਫੁੱਲ ਹੈ ਇੱਥੇ ਕੰਮਕਾਜ ਤੋਂ ਬਿਨਾਂ ਟੈਕਸਿਸ ਬਹੁਤ ਹਾਈ ਹੈ ਰਹਿਣਾ ਬੜਾ ਔਖਾ ਹੈ ਅਤੇ ਸਾਰਿਆਂ ਨੂੰ ਕੰਮਕਾਜ ਦੀ ਲੋੜ ਹੈ ਜਿਨ੍ਹਾਂ ਕਰਕੇ ਉਹ ਆਪਣੇ ਪਿੱਛੇ ਪਰਿਵਾਰ ਦਾ ਧਿਆਨ ਨਹੀਂ ਰੱਖ ਸਕਦੇ ਅਤੇ ਅਸੀਂ ਉਹਨਾਂ ਨੂੰ ਹਰ ਪ੍ਰਕਾਰ ਦੀ ਸੁਵਿਧਾਵਾਂ ਦਿੰਦੇ ਹਾਂ। ਅਗਰ ਤੁਸੀਂ ਸਾਡੇ ਕੋਲ ਨਹੀਂ ਆ ਸਕਦੇ ਜਾਂ ਤੁਹਾਡੇ ਬੱਚੇ ਜਿਹੜੇ ਕੰਮਕਾਜ 'ਤੇ ਜਾਂਦੇ ਆ ਉਹ ਰਾਤੀ ਲੇਟ ਆਉਂਦੇ ਆ ਜਿੱਦਾਂ 7 ਵਜੇ ਤੋਂ ਬਾਅਦ ਤਾਂ ਉਹ ਸਾਨੂੰ ਫੋਨ ਕਰਕੇ ਸਾਨੂੰ ਦੱਸ ਸਕਦੇ ਹਾਂ। ਅਸੀਂ ਪਿੱਛੋਂ ਘਰ ਜਾ ਕੇ ਉਹਨਾਂ ਦੇ ਡਾਕੂਮੈਂਟਸ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ ਜਿਹੜੇ ਸਾਨੂੰ ਚਾਹੀਦੇ ਅਸੀਂ ਲੈ ਸਕਦੇ ਹਾਂ ਅਤੇ ਅਸੀਂ ਅਗਰ ਉਹਨਾਂ ਦਾ ਕੋਈ ਡਾਕੂਮੈਂਟ ਅਧੂਰਾ ਹੈ ਜਾਂ ਪੂਰਾ ਨਹੀਂ ਹੈ ਅਸੀਂ ਪੂਰਾ ਕਰ ਸਕਦੇ ਹਾਂ। ਅਪੁਆਇੰਟਮੈਂਟਾਂ ਵੀ ਲੈ ਸਕਦੇ ਹਾਂ ਅਤੇ ਉਹਨਾਂ ਦੀ ਡਾਕਟਰੀ ਹੈਲਪ ਵੀ ਕਰ ਸਕਦੇ ਹਾਂ। ਇਸ ਤਰੀਕੇ ਦੀ ਸੇਵਾਵਾਂ ਅਸੀਂ ਬਜ਼ੁਰਗਾਂ ਨੂੰ ਅਤੇ ਜਿਹੜੇ ਬੱਚੇ 18 ਸਾਲ ਤੋਂ ਉੱਪਰ ਹੈ ਜਿਹੜੇ ਕੰਮਕਾਜ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ ਅਤੇ ਉਹਨਾਂ ਦਾ ਸਟ੍ਰੈਸ ਜਿਹੜਾ ਤੁਸੀਂ ਲਓਗੇ। ਹਾਂਜੀ ਹੈ ਮੈਂ ਲੱਗ ਵੀ ਰਿਹਾ ਤੁਸੀਂ ਹੁਣੇ ਕਿੱਥੇ ਆਪਣੇ ਪੇਸ਼ੈਂਟ ਦੇ ਕੋਲ ਹੋ ਕੇ ਆਏ ਹੋ। ਮੈਂ ਤੁਹਾਨੂੰ ਫਟਾਫਟ ਬੁਲਾ ਲਿਆ ਇੰਟਰਵਿਊ ਲਈ ਬਕਾਇਦਾ ਤੁਹਾਨੂੰ ਸਵੈਟ ਵੀ ਆ ਰਿਹਾ ਅਤੇ ਹੁਣ ਜਿਹੜਾ ਸਟ੍ਰੈਸ ਤੁਹਾਡੇ ਕੋਲ ਆ ਉਹਨਾਂ ਦਾ ਮੈਂ ਹੁਣੇ ਇੱਕ ਅਪੁਆਇੰਟਮੈਂਟ ਕਰਕੇ ਆਇਆ। ਉਹ ਬਹੁਤ ਬਜ਼ੁਰਗ ਹੈਗੇ ਆ ਆਂਟੀ ਜੀ ਹੈਗੇ ਆ ਉਹਨਾਂ ਦੇ ਘਰ ਵੀ ਇਹੀ ਪ੍ਰੋਬਲਮ ਹੈ ਕਿ ਉਹਨਾਂ ਦੇ ਛੋਟੇ ਬੱਚੇ ਜਿਹੜੇ ਉਹਨਾਂ ਦੀ ਬੇਟੀ ਦੇ ਬੱਚੇ ਆ ਉਹ ਸਕੂਲ 'ਚ ਪੜ੍ਹਦੇ ਹੈਗੇ ਆ ਅਤੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਅਤੇ ਉਹਨਾਂ ਦੀ ਬੇਟੀ ਏਅਰਪੋਰਟ 'ਤੇ ਜੋਬ ਕਰਦੇ ਆ ਅਤੇ ਮੈਂ ਅਜੇ ਉਹਨਾਂ ਦੇ ਕੋਲ ਜਾ ਕੇ ਆਇਆ। ਉਹਨਾਂ ਦੇ ਕੋਲ ਮੈਡੀਕੇਡ ਨਹੀਂ ਸੀ ਉਹਨਾਂ ਨੂੰ ਦੱਸ ਕੇ ਆਇਆ ਕਿ ਅਸੀਂ ਕਿੱਦਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਉਹਨਾਂ ਨੂੰ ਹੋਮ ਕੇਅਰ ਸਰਵਿਸ ਪ੍ਰੋਵਾਈਡ ਕਰ ਸਕਦੇ ਹਾਂ। ਇਸ 'ਚ ਇਹ ਵੀ ਹੈ ਕਿ ਅਗਰ ਤੁਹਾਡੇ ਬੱਚੇ ਤੁਹਾਡਾ ਟੇਕ ਕੇਅਰ ਕਰਨਾ ਚਾਹੁੰਦੇ ਆ ਪਰ ਉਹ ਆਫਿਸ ਕਰਕੇ ਤੁਹਾਡੀ ਟੇਕ ਕੇਅਰ ਨਹੀਂ ਕਰ ਸਕਦੇ ਤਾਂ ਉਹ ਤੁਹਾਡੀ ਟੇਕ ਕੇਅਰ ਦੀ ਜ਼ਿੰਮੇਵਾਰੀ ਲੈਂਦੇ ਆ ਤਾਂ ਉਹ ਤੁਹਾਡੀ ਸੇਵਾ ਕਰ ਸਕਦੇ ਆ ਅਤੇ ਉਹਨਾਂ ਨੂੰ ਸੈਲਰੀ ਪ੍ਰੋਵਾਈਡ ਹੋਏਗੀ। ਇਹ ਨਹੀਂ ਹੈ ਕਿ ਉਹ ਤੁਹਾਡੀ ਫ੍ਰੀ ਸੇਵਾ ਕਰ ਰਹੇ ਜਾਂ ਤੁਹਾਡੇ ਖਰਚੇ ਨੂੰ ਦਿੱਕਤ ਹੋ ਰਹੀ ਹੈ ਤੁਹਾਡਾ ਹੱਥ ਟਾਈਟ ਹੁੰਦਾ ਹੈ ਕਿ ਤੁਸੀਂ ਉਹ ਫੈਸਿਲਿਟੀ ਨਹੀਂ ਉਹ ਪ੍ਰੋਵਾਈਡ ਕਰ ਸਕਦੇ ਤਾਂ ਅਸੀਂ ਸੈਲਰੀ ਪ੍ਰੋਵਾਈਡ ਕਰਾਂਗੇ ਅਤੇ ਉਹਨਾਂ ਨੂੰ ਬਖੂਬੀ ਸੈਲਰੀ ਮਿਲੇਗੀ ਜਿੰਨੇ ਆਵਰਸ ਤੁਹਾਨੂੰ ਇੰਸ਼ੋਰੈਂਸ ਪ੍ਰੋਵਾਈਡ ਕਰੇਗੀ। ਵਾਹ ਜੀ ਵਾਹ। TV ਸਕਿਨ ਦਾ ਨੰਬਰ ਚੱਲ ਰਿਹਾ ਹੋਮ ਵਾਚ ਕੇਅਰ ਗਿਵਰਸ, ਤੁਸੀਂ ਕਾਲ ਲਾ ਸਕਦੇ। ਸਿਮੀ ਜੀ, ਵਿਕਾਸ ਜੀ ਨੇ ਸਾਰੀ ਗੱਲਾਂ ਚੱਕਤੀਆਂ ਅਤੇ ਨਾਲੇ ਇਹ ਵੀ ਤੁਹਾਨੂੰ ਦੱਸੋ ਕਿ ਘਰ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਹੋਰ ਕੀ ਤੁਹਾਡੇ ਤੋਂ ਸੇਵਾਵਾਂ ਲੈ ਸਕਦੇ ਆ? ਹੋਮ ਕੇਅਰ ਤੋਂ ਇਲਾਵਾ ਅਸੀਂ ਉਹਨਾਂ ਦੀ ਫੂਡ ਸਟੈਂਪ 'ਚ ਹੈਲਪ ਕਰ ਸਕਦੇ ਹਾਂ। ਜਿਹੜੇ ਕਿ 65+ ਹੈ ਉਹਨਾਂ ਨੂੰ ਆਪਾਂ ਮੈਡੀਕੇਅਰ 'ਚ ਹੈਲਪ ਕਰ ਸਕਦੇ ਹਾਂ ਜਿਹਦੇ ਨਾਲ ਉਹਨਾਂ ਨੂੰ OTC ਕਾਰਡ ਮਿਲਦਾ ਵਿਚ ਇਜ਼ ਆਲਸੋ ਅ ਬੈਨੀਫਿਟ। ਇਸ ਤੋਂ ਇਲਾਵਾ ਜਿਹੜੇ ਰੈਂਟ ਵਾਸਤੇ ਐਲੀਜੀਬਲ ਹੈ ਅਸੀਂ ਉਹ ਵੀ ਹੈਲਪ ਕਰਦੇ ਹਾਂ। ਸੋ ਸਾਡੀ ਸਰਵਿਸਿਜ਼ ਸਿਰਫ ਹੋਮ ਕੇਅਰ ਤੱਕ ਲਿਮਿਟਾਈਜ਼ ਨਹੀਂ ਹੈ, ਅਸੀਂ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਹਰ ਤਰੀਕੇ ਦੀ ਉਹਨਾਂ ਦੀ। ਤੁਹਾਡੀ ਸਮਾਈਲ ਦਾ ਕੀ ਰਾਜ਼ ਹੈ? ਮਤਲਬ ਤੁਸੀਂ ਇੰਨੀ ਸਮਾਈਲ ਕਰਦੇ ਹੋ ਔਰ ਮਤਲਬ ਪੋਜ਼ਿਟਿਵਿਟੀ ਆ ਜਾਂਦੀ ਹੈ ਤੁਹਾਨੂੰ ਵੇਖ ਕੇ, ਚੱਕਰ ਕੀ ਹੈ? ਇਟ ਆਲ ਗੋਜ਼ ਟੂ ਚੇਤਨ ਭਈਆ ਜਿਨ੍ਹਾਂ ਨੇ ਪੇਸ਼ੈਂਸ ਸਿਖਾਈ ਹੈ ਮੈਨੂੰ, ਅਦਰਵਾਈਜ਼ ਆਈ ਵਾਜ਼ ਨੋਟ ਲਾਈਕ ਦਿਸ ਬਿਫੋਰ। ਬਹੁਤ ਸ਼ੋਰਟ ਟੈਂਪਰਡ ਸੀ ਬਟ ਹੀ ਟੋਟ ਮੀ ਹਾਊ ਟੂ ਬੀ ਕਾਮ ਐਂਡ ਦੂਜੇ ਦੇ ਦਰਦ ਨੂੰ ਸਮਝ ਕੇ ਉਹ ਆਪਣੇ ਅੰਦਰ ਫੀਲ ਕਰਕੇ ਉਹਨਾਂ ਦੀ ਹੈਲਪ ਕਿਵੇਂ ਕੀਤੀ ਜਾਂਦੀ ਹੈ। ਇਸ ਸਵਾਲ ਨੂੰ ਇਸ ਕਰਕੇ ਪੁੱਛਿਆ ਕਿਉਂਕਿ ਜਿਹੜੇ ਇਸ ਹੋਮ ਵਾਚ ਕੇਅਰ ਗਿਵਰਸ ਦੇ CEO ਨੇ ਉਹ ਆਪਣੇ ਸਟਾਫ ਨੂੰ ਵੀ ਬਕਾਇਦਾ ਇਸ ਲਿਹਾਜ਼ ਨਾਲ ਟ੍ਰੇਨ ਕਰਦੇ ਹਨ ਕਿ ਜਦੋਂ ਤੁਹਾਡੇ ਘਰ ਵੀ ਆਉਣਗੇ ਤਾਂ ਤੁਹਾਨੂੰ ਪੋਜ਼ਿਟਿਵਿਟੀ ਜਿਹੜੀ ਉਹ ਫੀਲ ਹੋਣੀ ਚਾਹੀਦੀ ਹੈ, ਤੁਹਾਡੇ ਜਿਹੜੇ ਸਟ੍ਰੈਸ ਹੈ ਉਹ ਆਪਦਾ ਸਟ੍ਰੈਸ ਬਣਾ ਕੇ ਤੁਹਾਨੂੰ ਜਿਹੜਾ ਹੈਗਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹੈ। ਜਾਂਦੇ ਜਾਂਦੇ ਡੈਫੀਨੇਟਲੀ ਲਵ ਟੂ ਹੈਵ ਸਾਡੇ ਇਸ ਪ੍ਰੋਗਰਾਮ ਜਿਹੜਾ ਹੋਮ ਵਾਚ ਕੇਅਰ ਤੁਸੀਂ ਵੇਖ ਰਹੇ ਹੈਗੇ ਹੋ ਉਹਨਾਂ ਦੇ CEO ਰੀਨਾ ਸ਼ਰਮਾ ਵਿਦ ਮੀ। ਰੀਨਾ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ? I want to say that it really is a privilege to be a Punjabi-owned agency and take care of our community. I could have not asked for a bigger blessing to have this team. And every time we help a family, they're so appreciative. But what we say is thank you for allowing us to do such beautiful work in this life. To have a job, but also to help others is the biggest privilege in life. So please call us. I know it can be very challenging, very tough to take care of your parents and your family. We will help you, and we're here for you. So thank you.
ਜੀ ਜਿਵੇਂ ਮੈਂ ਇਹਨਾਂ ਨੂੰ ਪੁੱਛਿਆ ਸਿਮੀ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਤੁਹਾਡੇ ਤੋਂ ਇੰਸਪੀਰੇਸ਼ਨ ਮਿਲਦੀ ਹੈ ਤਾਂ ਤੁਸੀਂ ਕੀ ਮਤਲਬ ਆਪਣੇ ਸਟਾਫ ਨੂੰ ਆਪਣੇ ਕੋਲੀਗਸ ਨੂੰ ਕੋਵਰਕਰਸ ਨੂੰ ਜਿਹੜਾ ਸਮਝਾਉਂਦੇ ਹੋ ਔਰ ਉਸ ਲਿਹਾਜ਼ ਨਾਲ ਫਿਰ ਤੁਸੀਂ ਉਹਨਾਂ ਨੂੰ ਟ੍ਰੇਨ ਕਰਦੇ ਹੋ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਸੀ ਮੇਰਾ ਜਿਹੜਾ ਮੈਂ ਕਹਿੰਦਾ ਸਭ ਨੂੰ ਸ਼ਰਧਾ ਅਤੇ ਸਬੂਰੀ ਸਬੂਰੀ ਇਜ਼ ਪੇਸ਼ੈਂਸ ਔਰ ਸਾਰੇ ਇੱਥੇ ਜਿਹੜੇ ਵੀ ਪੇਸ਼ੈਂਟਸ ਆਉਂਦੇ ਕੋਈ ਨਾ ਕੋਈ ਤਕਲੀਫ ਵਿੱਚ ਆਉਂਦੇ ਉਹ ਆਲਰੇਡੀ ਤਕਲੀਫ ਵਿੱਚ ਆਉਂਦੇ ਸਾਨੂੰ ਪੇਸ਼ੈਂਟਸ ਅਗਰ ਉਹਨਾਂ ਨੂੰ ਉਹਨਾਂ ਦਾ ਦਰਦ ਸਮਝ ਸਕੀਏ ਉਹਨਾਂ ਦੀ ਹੈਲਪ ਕਰ ਸਕੀਏ ਆਹੀ ਸਾਡਾ ਗੋਲ ਰਹਿੰਦਾ ਅਤੇ ਦੈਟਸ ਵਟ ਆਈ ਆਲਵੇਜ਼ ਟੈਲ ਦੈਮ ਪੇਸ਼ੈਂਟਸ ਰੱਖੋ ਐਂਡ ਉਨਕਾ ਦਰਦ ਸਮਝੋ ਉਹ ਦੋਨੋਂ ਚੀਜ਼ਾਂ ਆਪ ਕਰੇ ਯੂ ਵਿਲ ਬੀ ਸਕਸੈਸਫੁਲ ਜਿਹੜੀ ਪੇਸ਼ੈਂਸ ਰੱਖਣ ਦੀ ਗੱਲ ਹੈ ਅਤੇ ਜਿਹੜੀ ਸ਼ਰਧਾ ਰੱਖਣ ਦੀ ਗੱਲ ਹੈਗੀ ਹੈ ਜਿਹੜੀ ਸੇਵਾ ਰੱਖਣ ਦੀ ਗੱਲ ਹੈ ਹੋਮ ਵਾਚ ਕੇਅਰ ਗਿਵਰ ਸਾਰੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਡੇ ਡੋਰ ਸਟੈਪ ਦੇ ਉੱਤੇ ਸਾਰੀਆਂ ਸੇਵਾਵਾਂ ਦੇ ਰਹੇ ਹਨ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ ਹੁਣੇ ਹੀ ਆਪਣੀ ਅਪੁਆਇੰਟਮੈਂਟ ਬਣਾ ਲਓ ਔਰ ਹੁਣੇ ਹੀ ਤੁਸੀਂ ਆ ਕੇ ਇਹਨਾਂ ਦੇ ਨਾਲ ਰਾਬਤਾ ਕਰ ਲਓ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਮੀ ਚੇਤਨ ਸ਼ਰਮਾ ਰੀਨਾ ਸ਼ਰਮਾ ਕਿਰਨ ਸਿੰਮੀ ਪ੍ਰੀਤੀ ਐਂਡ ਵਿਕਾਸ ਜੀ ਜਿਨ੍ਹਾਂ ਤੋਂ ਮੈਂ ਤੁਹਾਨੂੰ ਕਿਹਾ ਸੀਗਾ ਐਨੇ ਬੰਦੇ ਖਾਸ ਇਹਨਾਂ ਦਾ ਨਾਮ ਹੈਗਾ ਵਿਕਾਸ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਮੀ ਔਨ ਕੈਮਰਾ ਵਿਗਨੇਸ਼ ਰਾਂਝੇਦਰਾ ਜਸ ਪੰਜਾਬੀ ਦੇ ਲਈ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਮਿਲਾਂਗੇ ਨੈਕਸਟ ਵੀਕ ਜੇਕਰ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੀ ਸਿਟੀ ਆਵਾਂ ਤੁਹਾਡਾ ਬਿਜ਼ਨਸ ਵੀ ਕਵਰ ਕਰਾਂ ਕਾਲ ਮੀ ਰਾਈਟ ਨਾਓ 6466397320 ਔਰ ਯੂ ਕੈਨ ਆਲਸੋ ਈਮੇਲ ਮੀ ਐਟ ਹਰਕੀਰਤ ਐਟ ਜਸ ਬ੍ਰੋਡਕਾਸਟਿੰਗ .com ਆਈਲ ਕਮ ਟੂ ਯੂ ਐਂਡ ਵਿਲ ਆਸਕ ਯੂ ਵਟ ਇਜ਼ ਯੋਰ ਬਿਜ਼ਨਸ ਇਨ ਬਿਜ਼ਨਸ ਆਫ ਦਾ ਵੀਕ ਸੀਜ਼ਨ 2 ਤਾਂ ਤੱਕ ਜਿੰਦੇ ਰਹੋ ਵੱਜਦੇ ਰਹੋ ਆਪਣੇ ਆਪ ਨੂੰ ਖੁਸ਼ ਰੱਖੋ ਮਾਂ ਪਿਓ ਨੂੰ ਖੁਸ਼ ਰੱਖੋ ਔਰ ਆਪਣੀ ਹਾਂ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ ਧੰਨਵਾਦ We are Home Watch Caregivers.